ਨਮਸਕਾਰ ਤੁਸੀਂ ਦੇਖ ਰਹੇ ਹੋ 76 ਨਿਊਜ਼ ਤੇ ਮੈਂ ਹਾਂ ਸੰਜੀਵ ਮੰਗੋਤਰਾ ਕਰੋਨਾ ਵਾਇਰਸ ਦਾ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਜੇ ਗੱਲ ਦੇਸ਼ ਦੀ ਕਰੀਏ ਤੇ ਰੋਜ਼ ਹੀ ਨਵੇਂ ਮਾਮਲੇ ਜਿਹੜੇ ਕਰੋਨਾ ਪੋਜ਼ਿਟਿਵ ਦੇ ਆ ਰਹੇ ਨੇ ਤੇ ਜੇ ਗੱਲ ਪਠਾਨਕੋਟ ਦੀ ਕਰੀਏ ਤੇ ਪਠਾਨਕੋਟ ਦੇ ਵਿੱਚ ਵੀ ਆંકੜੇ ਜਿਹੜੇ ਲਗਾਤਾਰ ਵੱਧੇ ਜਾ ਰਹੇ ਨੇ ਪਿਛਲੇ ਕੱਲ ਦੀ ਗੱਲ ਕਰੀਏ ਤੇ 19 ਮਾਮਲੇ ਜਿਹੜੇ ਆ ਉਹ ਨਵੇਂ ਕਰੋਨਾ ਪੋਜ਼ਿਟਿਵ ਪਾਏ ਗਏ ਸੀ ਤੇ ਜੇ ਅੱਜ ਦੀ ਗੱਲ ਕਰੀਏ ਤੇ ਅੱਜ ਵੀ 19 ਮਾਮਲੇ ਹੀ ਨਵੇਂ ਜਿਹੜੇ ਕਰੋਨਾ ਪੋਜ਼ਿਟਿਵ ਦੇ ਉਹ ਪਾਏ ਗਏ ਨੇ ਤੇ ਏਰੀਆ ਵਾਈਜ਼ ਜੇ ਡਿਟੇਲ ਤੁਹਾਨੂੰ ਦੱਸ ਦਈਏ 7 ਕੇਸ ਪੰਗੋਲੀ ਚੌਂਕ ਦੇ ਨੇ 3 ਪੂਰੀ ਮੁਹੱਲਾ ਸੁजानਪੁਰ 1 ਉਪਲ ਮੁਹੱਲਾ ਸੁजानਪੁਰ 2 ਪਨਵਾਲ ਸੁजानਪੁਰ 4 4 ਮਰਲਾ ਕੁਆਟਰ ਪਠਾਨਕੋਟ 1 ਮਿਸਤਰੀਆ ਮੁਹੱਲਾ ਪਠਾਨਕੋਟ ਤੇ 1 ਅਜੇ ਮਹਾਜਨ ਹਸਪੀਟਲ ਪਠਾਨਕੋਟ ਇਸ ਤਰ੍ਹਾਂ ਕਰਕੇ 19 ਮਾਮਲੇ ਜਿਹੜੇ ਆ ਅੱਜ ਉਹ ਨਵੇਂ ਸ਼ਾਮਿਲ ਹੋ ਗਏ ਨੇ ਕਰੋਨਾ ਪੋਜ਼ਿਟਿਵ ਦੇ ਕੇਸ ਜਿਹੜੇ ਨੇ ਤੁਹਾਨੂੰ ਦੱਸ ਦਈਏ ਕਿ ਪਠਾਨਕੋਟ ਦੇ ਵਿੱਚ ਇਸ ਵੇਲੇ ਟੋਟਲ 132 ਕੇਸ ਜਿਹੜੇ ਆ ਕੋਰੋਨਾ ਪੋਜ਼ਿਟਿਵ ਦੇ ਆਂਕੜੇ ਜਿਹੜੇ ਆ ਉਹ ਹੋ ਚੁੱਕੇ ਨੇ ਜਿਨ੍ਹਾਂ ਵਿੱਚੋਂ ਕਈ ਲੋਕ ਰਿਕਵਰ ਕਰਕੇ ਵੀ ਜਾ ਚੁੱਕੇ ਨੇ ਪਰ ਫਿਲਹਾਲ ਜੇ ਟੋਟਲ ਦੀ ਗੱਲ ਕਰੀਏ ਤੇ 132 ਕੇਸ ਹੁਣ ਤੱਕ ਪਠਾਨਕੋਟ ਦੇ ਵਿੱਚ ਕੋਰੋਨਾ ਪੋਜ਼ਿਟਿਵ ਮਾਮਲਿਆਂ ਦੇ ਹੋ ਗਏ ਨੇ ਤੁਹਾਨੂੰ ਦੱਸ ਦਈਏ ਕਿ ਪ੍ਰਸ਼ਾਸਨ ਲਗਾਤਾਰ ਹਦਾਇਤਾਂ ਦੇ ਰਿਹਾ ਹੈ ਕਿ ਮਾਸਕ ਪਾ ਕੇ ਰੱਖੋ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖੋ ਔਰ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਦੀਬ ਬਾਜ਼ਾਰਾਂ ਦੇ ਵਿੱਚ ਨਿਕਲੋ ਜਾਂ ਭੀੜ ਭੜਕੇ ਵਾਲੇ ਇਲਾਕੇ ਦੇ ਵਿੱਚ ਨਿਕਲੋ ਬਜ਼ੁਰਗਾਂ ਦਾ ਔਰ ਬੱਚਿਆਂ ਦਾ ਖਾਸ ਖਿਆਲ ਰੱਖੋ ਤੇ ਹੁਣ ਇੱਕ ਜ਼ਰੂਰੀ ਸੂਚਨਾ ਤੁਹਾਨੂੰ ਦੱਸ ਦਈਏ ਕਿ ਤੁਸੀਂ ਸਾਨੂੰ ਫੇਸਬੁੱਕ ਪੇਜ ਤੇ ਕਾਫੀ ਸਪੋਰਟ ਕੀਤੀ ਹੈ ਕਾਫੀ ਸਾਡਾ ਚੈਨਲ ਤੁਸੀਂ ਪਸੰਦ ਕਰ ਰਹੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਂਟਰਟੇਨਮੈਂਟ ਦੀਆਂ ਖਬਰਾਂ ਤੇ ਹੋਰ ਸ਼ਹਿਰ ਭਰ ਦੀਆਂ ਦੇਸ਼ ਭਰ ਦੀਆਂ ਖਬਰਾਂ ਦੇਖਣ ਲਈ ਸਾਡਾ YouTube ਚੈਨਲ ਵੀ ਸਬਸਕ੍ਰਾਈਬ ਕਰੋ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ ਤੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ 73 نیوز ਸਟੂਡੀਓ ਤੋਂ ਵੀਡੀਓ ਜਰਨਲਿਸਟ ਅਭਿਸ਼ੇਕ ਭਾਰਤਵਾੜ ਦੇ ਨਾਲ ਸੰਜੀਵ ਮੰਗੋਤਰਾ ਪਠਾਨਕੋਟ